ਜਿਨ੍ਹਾਂ ਨੇ ਕਿ ਰਾਸ਼ਟਰ ਪੁਰਸ਼ ਕਰਮਯੋਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੱਖ 'ਚ ਭਾਰੀ ਬਹੁਮਤ ਨਾਲ ਮਤਦਾਨ ਕੀਤਾ ਔਰ ਪਹਿਲੇ ਤਾਂ ਮੋਦੀ ਜੀ 'ਤੇ ਲੋਕਾਂ ਨੂੰ ਆਸ ਸੀ ਅਤੇ ਬਹੁਮਤ ਮਿਲਿਆ ਸੀ ਜਨਤਾ ਨੂੰ ਅੱਜ ਵਿਸ਼ਵਾਸ ਮੋਦੀ ਜੀ ਨੂੰ ਮਿਲਿਆ ਜਿਹਦੇ ਕਰਕੇ ਪਹਿਲੇ ਨਾਲੋਂ ਵੀ ਵੱਡੀ ਜਿੱਤ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਪਾਰਟੀਆਂ ਨੂੰ ਮਿਲੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ BJP ਇਜ਼ ਬੀਂਗ ਪ੍ਰੂਵ ਟੂ ਬੀ ਦਾ ਬੈਸਟ ਪਰਫਾਰਮਰ। ਕਾਰਿਆਕਰਤਾ ਦੀ ਜਿੱਤ ਹੈ ਜਿਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਦਿਨ ਰਾਤ ਇੱਕ ਕਰਕੇ ਮੈਨੂੰ ਜਿਤਾਇਆ ਔਰ ਨਰਿੰਦਰ ਭਾਈ ਮੋਦੀ ਜੀ ਸਾਡੇ, ਅਮਿਤ ਸ਼ਾਹ ਜੀ ਸਾਡੇ ਪ੍ਰਧਾਨ ਔਰ ਅਰੁਣ ਜੇਤਲੀ ਜੀ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ। ਇਹ ਹਮਾਰੇ ਲਈ ਖੁਸ਼ਕਿਸਮਤੀ ਕੀ ਬਾਤ ਹੈ ਕਿ ਅੱਲਾਹ ਨੇ ਹਮੇ ਇੱਕ ਵਾਰ ਫਿਰ ਮੌਕਾ ਦੇ ਦਿਆ ਕਿ ਅਵਾਮੀ ਉਮੰਗੋਂ ਪਰ ਹਮ ਉਤਰ ਸਕੇ ਔਰ ਜੋ ਇਸ ਵਕਤ ਲੱਗ ਰਿਹਾ ਹੈ ਕਿ ਹਮੇ ਲੋਕੋਂ ਨੇ ਫਿਰ ਸੇ ਇਤਮਾਦ ਦੇ ਦਿਆ ਹੈ ਔਰ ਤਿੰਨ ਕੀ ਤਿੰਨ ਸੀਟਿੰਗ ਜਹਾਂ ਸੇ ਹਮ ਲੜ ਰਹੇ ਥੇ ਹਮ ਇਸ ਵਕਤ ਉਸ ਪਰ ਕਾਮਯਾਬ ਹੋ ਰਹੇ ਹੈ। ਇਹ ਅੱਲਾਹ ਕਾ ਕਰਮ ਹੈ।